ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਮਹਲਾ ਪੰਜਵਾਂ, ਜਾ ਕੇ ਸਿਮਰਨ ਸੁਖ ਨਿਵਾਸ, ਭਈ ਕਲਿਆਣ ਦੁਖ ਹੋਵਤ ਨਾਸ। ਜਾ ਕੇ ਸਿਮਰਨ ਸੁਖ ਨਿਵਾਸ, ਭਈ ਕਲਿਆਣ ਦੁਖ ਹੋਵਤ ਨਾਸ। ਅਨੰਦ ਕਰਹੁ ਪ੍ਰਭ ਕੇ ਗੁਣ ਗਾਵਹੁ, ਸਤਿਗੁਰ ਆਪਣਾ ਸਦ ਸਦਾ ਮਨਾਵਹੁ ਰਹਾਉ। ਸਤਿਗੁਰ ਕਾ ਸੱਚ ਸ਼ਬਦ ਕਮਾਵਹੁ, ਥਿਰ ਘਰ ਬੈਠੇ ਪ੍ਰਭ ਆਪਣਾ ਪਾਵਹੁ। ਪਰ ਕਾ ਬੁਰਾ ਨਾ ਰੱਖਹੁ ਚੀਤ, ਤੁਮ ਕੋ ਦੁਖ ਨਹੀਂ ਭਾਈ ਮੀਤ। ਹਰ ਹਰ ਤੰਤ ਮੰਤ ਗੁਰ ਦੀਨਾ, ਇਹੋ ਸੁਖ ਨਾਨਕ ਅਨ ਦਿਨ ਚੀਨਾ। ਹਰ ਹਰ ਤੰਤ ਮੰਤ ਗੁਰ ਦੀਨਾ, ਇਹੋ ਸੁਖ ਨਾਨਕ ਅਨ ਦਿਨ ਚੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰਦੇਵ ਪਿਤਾ ਜੀਆਂ ਦੇ ਪਾਵਨ ਦਰਬਾਰ ਅੰਦਰ ਸੁਭਾਇਮਾਨ ਜੁੜ ਬੈਠੀ ਸਮੂਹ ਸਾਧਸੰਗ ਜੀ, ਬੜੇ ਪਿਆਰ ਨਾਲ ਤੁਸੀਂ ਹਰ ਰੋਜ਼ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੇ ਹਾਂ, ਪਿਆਰ ਨਾਲ ਗੁਰਸੰਗਤ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸ਼ਰਵਣ ਕਰਕੇ ਮਨੁੱਖੀ ਜੀਵਨ ਨੂੰ ਕਿਰਤਾਰਥ ਕਰਨ ਦਾ ਇੱਕ ਯਤਨ ਕਰਦੇ ਹੋ, ਸ਼ਬਦ ਦੀ ਵਿਚਾਰ ਨਾਲ ਵੀ ਜੁੜਦੇ ਹੋ ਆਪ।
ਅੱਜ ਅਸੀਂ ਜੋ ਸ਼ਬਦ ਵਿਚਾਰਨਾ ਤੁਸੀਂ ਪਾਠ ਤੇ ਸੁਣ ਚੁੱਕੇ ਹੋ ਇੱਕ ਵਾਰ ਉਸ ਸ਼ਬਦ ਦਾ। ਇਹ ਪਾਵਨ ਸ਼ਬਦ ਜੀ 386 ਅੰਗ ਤੇ ਦਰਜ ਹੈ। ਰਾਗ ਆਸਾ ਦੇ ਅੰਦਰ ਤੇ ਪੰਚਮ ਪਾਤਸ਼ਾਹ ਜੀ ਦੀ ਬਾਣੀ ਅਸੀਂ ਵਿਚਾਰਦੇ ਪਏ ਹਾਂ। ਅੱਜ ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਦਾ ਯਤਨ ਕਰਾਂਗੇ। ਸੋ ਆਓ ਜਿਤਨੇ ਵੀ ਆਪ ਜੀ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਸਜੇ ਹੋ, ਕੋਈ ਰਸਨਾ ਵਾਂਝੀ ਨਾ ਕਰੇ, ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਝੁਕਾਓ ਸੀਸ, ਪਿਆਰ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਗੁਰੂ ਸਾਹਿਬ ਜੀਓ। ਫਿਰ ਕਰੋ ਕਿਰਪਾ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਸਤਿਗੁਰੂ ਜੀ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰਦਿਆਂ ਹੋਇਆਂ ਸਾਨੂੰ ਇੱਕ ਬੜੀ ਪਿਆਰੀ ਅਤੇ ਕੀਮਤੀ ਬਾਤ ਸਮਝਾਉਂਦੇ ਨੇ। ਮਹਾਰਾਜ ਆਖਦਿਆ ਹਰ ਬੰਦਾ ਇਸ ਸੰਸਾਰ ਦਾ ਚਾਹੁੰਦਾ, ਮੇਰੇ ਘਰ ਵਿੱਚ ਸੁੱਖ ਦਾ ਵਾਸਾ ਹੋਵੇ, ਮੇਰੇ ਘਰ ਵਿੱਚ ਸੁੱਖ ਆਪਣਾ ਪੱਕਾ ਨਿਵਾਸ ਕਰੇ, ਵੀ ਬਸ ਆਵੇ ਅਤੇ ਜਾਵੇ ਨਾ ਕਦੇ। ਹਰ ਬੰਦਾ ਚਾਹੁੰਦਾ ਨਾ, ਇਹ ਕੋਈ ਨਹੀਂ ਚਾਹੁੰਦਾ ਵੀ ਹਾਂ ਸੁੱਖ ਆ ਗਿਆ, ਕੋਈ ਇੱਕ ਦਿਨ ਰਵੇ ਅਤੇ ਦੂਜੇ ਦਿਨ ਚਲਾ ਜਾਏ, ਨਹੀਂ। ਹਾਂ, ਦੁੱਖ ਨੂੰ ਅਸੀਂ ਜਿੰਨੀ ਛੇਤੀ ਹੁੰਦਾ ਉਹਨੂੰ ਕੱਢਣਾ ਚਾਹੁੰਦੇ ਹਾਂ। ਦੁੱਖ ਆਇਆ ਤਾਂ ਅਸੀਂ ਕਹਿੰਦੇ ਛੇਤੀ ਛੇਤੀ ਚਲਾ ਜਾਏ, ਸੁੱਖ ਆਉਂਦਾ ਬੰਦਾ ਕਹਿੰਦਾ ਬਸ ਹੁਣ ਇਹ ਕਦੀ ਜਾਵੇ ਨਾ। ਸਤਿਗੁਰੂ ਜੀ ਆਖਦੇ ਵੈਸੇ ਤਾਂ ਇੱਕ ਮਰਿਆਦਾ ਬਣੀ ਹੈ ਵੀ ਜਿਹੜੀ ਚੀਜ਼ ਆਈ ਹੈ ਉਹ ਜਾਏਗੀ। ਜੇ ਮਨੁੱਖ ਆਉਂਦਾ ਅਤੇ ਜਾਂਦਾ, ਧੁੱਪ ਆਉਂਦੀ ਹੈ ਅਤੇ ਜਾਂਦੀ ਹੈ, ਠੰਡ ਆਉਂਦੀ ਹੈ ਅਤੇ ਜਾਂਦੀ ਹੈ, ਦਿਨ ਆਉਂਦਾ ਅਤੇ ਜਾਂਦਾ, ਉਸੇ ਤਰ੍ਹਾਂ ਸੁੱਖ ਦੁੱਖ ਵੀ ਹੈ। ਜੇ ਸੁੱਖ ਆਇਆ ਜਾਏਗਾ ਉਹ ਵੀ, ਦੁੱਖ ਹੈ ਉਹ ਵੀ ਜਾਏਗਾ। ਪਰ ਜੇ ਤੂੰ ਫਿਰ ਵੀ ਚਾਹੁੰਦਾ ਵੀ ਸੁੱਖ ਤੇਰੇ ਜੀਵਨ ਵਿੱਚ ਪੱਕਾ ਨਿਵਾਸ ਕਰ ਲਵੇ, ਮਹਾਰਾਜ ਕਹਿਣ ਲੱਗੇ ਫਿਰ ਇੱਕ ਕੰਮ ਹੋ ਸਕਦਾ, ਜੇ ਕਿਤੇ ਉਹ ਚੀਜ਼ ਤੇਰੇ ਘਰ ਵਿੱਚ ਨਿਵਾਸ ਕਰ ਗਈ, ਸੁੱਖ ਆਪਣੇ ਆਪ ਨਿਵਾਸ ਕਰ ਜਾਏਗਾ। ਪੁੱਛਿਆ ਮਹਾਰਾਜ ਉਹ ਚੀਜ਼ ਕਿਹੜੀ ਹੈ, ਤੇ ਗੁਰਦੇਵ ਜੀ ਨੇ ਬਚਨ ਕੀਤਾ, ਕਹਿਣ ਲੱਗੇ ਜਾ ਕੇ ਸਿਮਰਨ ਸੁੱਖ ਨਿਵਾਸ। ਜਿਹਦੇ ਹਿਰਦੇ ਦੇ ਅੰਦਰ ਸਿਮਰਨ ਨੇ ਨਿਵਾਸ ਕਰ ਲਿਆ ਨਾ, ਉਹਦੇ ਹਿਰਦੇ ਦੇ ਅੰਦਰ ਸੁੱਖ ਆਪਣੇ ਆਪ ਨਿਵਾਸ ਕਰ ਲਿਆ। ਕਿਉਂਕਿ ਜਿੱਥੇ ਸਿਮਰਨ ਹੈ, ਨਾਮ ਹੈ, ਉੱਥੇ ਸੁੱਖ ਆਪਣੇ ਆਪ ਆਏਗਾ ਆਏਗਾ। ਮਹਾਰਾਜ ਕਹਿਣ ਲੱਗੇ ਤੂੰ ਆਪਣੇ ਹਿਰਦੇ ਮਨ ਵਿੱਚ ਸੁੱਖ ਨੂੰ ਟਿਕਾ ਲੈ, ਤੇਰੇ ਜੀਵਨ ਅੰਦਰ ਸੁੱਖ ਮੈਂ ਆਪਣੇ ਆਪ ਟਿਕਾ ਦਿਆਂਗਾ। ਭਾਵ
ਜਿੱਥੇ ਸਿਮਰਨ ਹੋਏਗਾ ਉੱਥੇ ਆਤਮਿਕ ਸੁੱਖ ਆਪਣੇ ਆਪ ਆਏਗਾ ਆਏਗਾ। ਆਤਮਿਕ ਸੁੱਖ ਸਿਮਰਨ ਤੋਂ ਬਗੈਰ ਨਹੀਂ ਆਉਣਾ। ਪਰ ਜੇ ਬੰਦਾ ਕਹਿੰਦਾ ਜੀ ਮੈਂ ਤੇ ਸਿਮਰਨ ਕਰਦਾ, ਮੈਂ ਤੇ ਬਾਣੀ ਵੀ ਪੜ੍ਹਦਾ, ਮੈਂ ਨਾਮ ਵੀ ਜਪਦਾ, ਕਿੰਨਾ ਕੁ ਜਪਦਾ, ਜਿੰਨਾ ਕੁ ਸਮਾਂ ਲੱਗ ਜਾਂਦਾ ਜਪ ਲਈਦਾ, ਕੋਈ ਪੱਕਾ ਨਹੀਂ ਹੈ। ਕਦੀ ਇੱਕ ਬਾਣੀ ਪੜ੍ਹ ਲਈਦੀ ਹੈ, ਕਦੀ ਦੋ ਬਾਣੀਆਂ ਪੜ੍ਹ ਲਈਦੀਆਂ ਨੇ, ਕਦੀ 5 ਮਿੰਟ ਨਾਮ ਜਪ ਲਈਦਾ, ਕਦੀ ਸਮਾਂ ਲੱਗਦਾ ਹੀ ਨਹੀਂ। ਜੇ ਹੁਣ ਮਨੁੱਖ ਨਾਮ ਨੂੰ ਸੋਚੇ ਵੀ ਬਾਣੀ ਪੜ੍ਹਨ ਨੂੰ ਵੀ ਸਮਾਂ ਲੱਗਦਾ ਅਤੇ ਪੜ੍ਹ ਲਈਦਾ, ਟਾਈਮ ਮਿਲਦਾ ਅਤੇ ਨਾਮ ਜਪ ਲਈਦਾ, ਅਤੇ ਉਹ ਸ਼ਖਸ ਚਾਹੁੰਦਾ ਕਿ ਸੁੱਖ ਮੇਰੇ ਘਰ ਵਿੱਚ ਹਮੇਸ਼ਾ ਲਈ ਟਿਕ ਜਾਏ, ਮਹਾਰਾਜ ਆਖਦਿਆ ਨਹੀਂ ਇਹ ਕਦੇ ਨਹੀਂ ਹੋ ਸਕਦਾ। ਜੇ ਤੇਰੇ ਹਿਰਦੇ ਦੇ ਅੰਦਰ ਨਾਮ ਹੈ ਫਿਰ ਇਸ ਗੱਲ ਨੂੰ ਸੋਚਿਆ ਜਾ ਸਕਦਾ, ਕਿਉਂਕਿ ਜਿਹੜਾ ਸੁੱਖ ਹੈ ਜੀ, ਸੁੱਖ ਵੀ ਕਈ ਤਰ੍ਹਾਂ ਦਾ ਹੈ। ਸੁੱਖ ਦੀ ਡੈਫੀਨੇਸ਼ਨ ਹਰ ਬੰਦਾ ਆਪਣੇ ਆਪਣੇ ਢੰਗ ਨਾਲ ਦੇਵੇਗਾ, ਇੱਕੋ ਜਿਹਾ ਸੁੱਖ ਕਦੇ ਨਹੀਂ ਹੋ ਸਕਦਾ। ਜਿੰਨੀ ਕੁ ਬੰਦੇ ਦੀ ਅਵਸਥਾ ਹੁੰਦੀ ਹੈ ਆਪਣੀ ਅਵਸਥਾ ਦੇ ਮੁਤਾਬਕ ਸੁੱਖ ਦੀ ਗੱਲ ਕਰਦਾ। ਇੱਕ ਮਨੁੱਖ ਜਿਹੜਾ ਫੁੱਟਪਾਥ 'ਤੇ ਆਪਣੀ ਜ਼ਿੰਦਗੀ ਗੁਜ਼ਾਰਨ ਵਾਲਾ ਹੈ, ਉਹਨੂੰ ਤੁਸੀਂ ਪੁੱਛ ਕੇ ਦੇਖੋ ਵੀ ਤੇਰੇ ਲਈ ਸੁੱਖ ਦੇ ਮਾਇਨੇ ਕੀ ਰੱਖਦੇ, ਉਹ ਤੁਹਾਨੂੰ ਜਵਾਬ ਦੇਗਾ ਵੀ ਮੇਰੇ ਲਈ ਵੀ ਮੇਰੇ ਕੋਲ ਤਾਂ ਨਾ ਘਰ ਹੈ, ਮੈਂ ਤਾਂ ਚਾਹੁੰਦਾ ਬਸ ਸਿਰ ਢੱਕਣ ਲਈ ਛੱਤ ਮਿਲ ਜਾਏ, ਦੋ ਵਕਤ ਰੋਟੀ ਮਿਲਦੀ ਰਹੇ, ਬਸ ਆਹੀ ਸੁੱਖ ਹੈ ਆਪਣੇ ਲਈ। ਉਹ ਉਹਦੇ ਲਈ ਆਹ ਸੁੱਖ ਮਾਇਨੇ ਰੱਖਦਾ, ਬਸ ਉਹ ਜ਼ਿਆਦਾ ਨਹੀਂ ਸੋਚਦਾ, ਉਹਦੇ ਲਈ ਆਹੀ ਸੁੱਖ ਹੈ। ਜਿੰਨੇ ਸਾਰੀ ਜ਼ਿੰਦਗੀ ਫੁੱਟਪਾਥ 'ਤੇ ਉਜਾਰੀ ਹੈ, ਖੁੱਲ੍ਹੇ ਆਸਮਾਂ ਹੇਠਾਂ ਗੁਜ਼ਾਰੀ ਹੈ, ਉਹਨੂੰ ਜੇ ਘਰ ਮਿਲ ਜਾਓ ਆਖਦਾ ਮੈਨੂੰ ਸਭ ਤੋਂ ਵੱਡਾ ਸੁੱਖ ਮਿਲ ਗਿਆ ਜ਼ਿੰਦਗੀ ਦਾ। ਜਿਹੜਾ ਭੁੱਖਾ ਰਹਿੰਦਾ ਉਹਨੂੰ ਦੋ ਵਕਤ ਰੋਟੀ ਮਿਲ ਜਾਓ ਆਖਦਾ ਬਈ ਇਹ ਤੋਂ ਵੱਡਾ ਤਾਂ ਸੁੱਖ ਹੈ ਕੋਈ ਨਹੀਂ। ਹੁਣ ਉਹਦੇ ਲਈ ਸੁੱਖ ਦੇ ਮਾਇਨੇ ਉਹ ਵਾ। ਉਸੇ ਤਰ੍ਹਾਂ ਤੁਸੀਂ ਕਿਸੇ ਹੋਰ ਮਨੁੱਖ ਨੂੰ ਦੇਖੋ ਜੋ ਵਧੀਆ ਆਪਣੀ ਜ਼ਿੰਦਗੀ ਗੁਜ਼ਾਰਦਾ, ਵਧੀਆ ਘਰ ਹੈ, ਪਰਿਵਾਰ ਹੈ, ਉਹਨੂੰ ਤੁਸੀਂ ਸੁੱਖ ਦੇ ਮਾਇਨੇ ਪੁੱਛ ਕੇ ਦੇਖੋ ਅਤੇ ਉਹ ਇਹ ਕਹੇਗਾ ਵੀ ਅਜੇ ਤਾਂ ਘਰ ਛੋਟਾ, ਆਲੀਸ਼ਾਨ ਬੰਗਲਾ ਹੋਵੇ ਤਗੜਾ, 5-7 ਗੱਡੀਆਂ ਖੜੀਆਂ ਹੋਣ, ਨੌਕਰ ਚਾਕਰ ਅੱਗੇ ਫਿਰਦੇ ਹੋਣ, ਇੱਕ ਫੋਨ 'ਤੇ ਸਾਰੇ ਕੰਮ ਹੁੰਦੇ ਹੋਣ, ਫਿਰ ਸੁੱਖ ਲੱਗਦਾ ਵੀ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਸੁਖੀ ਹਾਂ ਮੈਂ। ਹੁਣ ਉਹਦੇ ਲਈ ਸੁੱਖ ਦੇ ਅਰਥ ਕੁਝ ਹੋਰ ਨੇ। ਭਾਵ ਤੁਸੀਂ ਜਦੋਂ ਵੀ ਕਿਸੇ ਨੂੰ ਸੁੱਖ ਦੀ ਗੱਲ ਕਰੋਗੇ, ਆਨੰਦ ਦੀ ਗੱਲ ਕਰੋਗੇ, ਹਰ ਇੱਕ ਮਨੁੱਖ ਤੁਹਾਨੂੰ ਵੱਖ ਵੱਖ ਜਵਾਬ ਦੇਗਾ। ਹੁਣ ਕਿਸੇ ਛੋਟੇ ਬੱਚੇ ਨੂੰ ਪੁੱਛੋ ਤੁਸੀਂ ਵੀ ਤੇਰੇ ਲਈ ਸੁੱਖ ਦਾ ਮਾਇਨਾ ਕੀ ਹੈ, ਉਹਦੇ ਸੁੱਖ ਦੇ ਮਾਇਨੇ ਬਸ ਉਹਨੂੰ ਖਿਲਾਉਣੇ ਚਾਹੀਦੇ ਆ, ਉਹਨੂੰ ਖੇਡਣ ਲਈ ਖੇਡਾਂ ਮਿਲਦੀਆਂ, ਉਹਨੂੰ ਕਹੇਗਾ ਸੁੱਖ ਹੀ ਬੜਾ ਹੈ, ਬਸ ਆਹੀ ਚਾਹੀਦਾ। ਉਹਦੀ ਅਵਸਥਾ ਉੱਥੋਂ ਤੱਕ ਹੈ ਬੱਚੇ ਦੀ। ਹੁਣ ਬੱਚਾ ਖਿਲੌਣਿਆਂ ਵਿੱਚੋਂ ਸੁੱਖ ਲੱਭਦਾ, ਇੱਕ ਜਵਾਨ ਮਨੁੱਖ ਖਿਲੌਣਿਆਂ 'ਚੋਂ ਸੁੱਖ ਨਹੀਂ ਲੱਭ ਸਕਦਾ, ਉਹ ਥੋੜ੍ਹਾ ਕਹੇਗਾ ਮੈਨੂੰ ਖਿਲੌਣੇ ਚਾਹੀਦੇ ਆ, ਨਹੀਂ, ਉਹਦੀ ਸੁੱਖ ਦੀ ਡੈਫੀਨੇਸ਼ਨ ਹੋਰ ਹੋਏਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਨਾ
ਹਜ਼ੂਰ ਆਖਦਿਆ ਆਨੰਦ ਆਨੰਦ ਸਭ ਕੋ ਕਹੇ। ਹਰ ਮਨੁੱਖ ਆਨੰਦ ਦੀ ਗੱਲ ਕਰਦਾ, ਸੁੱਖ ਦੀ ਗੱਲ ਕਰਦਾ, ਪਰ ਹਰ ਕੋਈ ਆਪਣੇ ਜਿੰਨਾ ਕੁ ਉਹਦੇ ਅੰਦਰ ਪਰਮਾਤਮਾ ਨੇ ਉਹਨੂੰ ਸਬਰ ਦਿੱਤਾ, ਉਹਦੀ ਅਵਸਥਾ ਦਿੱਤੀ ਹੈ, ਉਹਦੇ ਮੁਤਾਬਕ ਗੱਲ ਕਰਦਾ। ਪਰ ਜੇ ਕੋਈ ਸਦੀ ਵੀ ਸੁੱਖ ਦੀ ਗੱਲ ਕਰੇਗਾ ਕਿ ਮੈਨੂੰ ਪਰਮਾਨੈਂਟ ਸੁੱਖ ਚਾਹੀਦਾ, ਵੈਸੇ ਤੇ ਸੰਸਾਰ ਵਿੱਚ ਪਰਮਾਨੈਂਟ ਕੁਝ ਨਹੀਂ ਹੈ, ਸਭ ਕੁਝ ਟੈਂਪਰੇਰੀ ਹੈ, ਪਰਮਾਨੈਂਟ ਕੁਝ ਨਹੀਂ। ਨਾ ਸਾਡੇ ਘਰ ਪਰਮਾਨੈਂਟ ਆ, ਸਭ ਤੋਂ ਵੱਡੀ ਗੱਲ ਆ ਸਰੀਰ ਵੀ ਪਰਮਾਨੈਂਟ ਨਹੀਂ ਹੈ। ਜੇ ਇਸ ਸਰੀਰ ਵਿੱਚ ਰਹਿ ਕੇ ਬੰਦਾ ਪਰਮਾਨੈਂਟ ਸੁੱਖ ਲੱਭਦਾ ਨਾ, ਉਹ ਸਰੀਰ ਵੀ ਟੈਂਪਰੇਰੀ ਤੌਰ 'ਤੇ ਹੈ ਸਾਡੇ ਕੋਲ, ਅੱਜ ਹੈ ਕੱਲ੍ਹ ਨਹੀਂ ਰਹੇਗਾ। ਇਸ ਸੰਸਾਰ 'ਤੇ ਐਵਰੀਥਿੰਗ ਇਜ਼ ਟੈਂਪਰੇਰੀ ਟੋਟਲੀ, ਇੱਕੋ ਚੀਜ਼ ਪਰਮਾਨੈਂਟ ਹੈ ਬਸ, ਪਰਮਾਤਮਾ ਉਹਦਾ ਨਾਮ ਬਸ। ਹੋਰ ਕੁਝ ਇੱਥੇ ਪੱਕਾ ਰਹਿਣ ਵਾਲਾ ਨਹੀਂ ਹੈ, ਸਦੀ ਵੀ ਰਹਿਣ ਵਾਲਾ ਨਹੀਂ ਹੈ। ਫਿਰ ਬੰਦਾ ਕਹਿੰਦਾ ਸੁੱਖ ਪਰਮਾਨੈਂਟ ਆ ਜਾਏ। ਮਹਾਰਾਜ ਕਹਿਣ ਲੱਗੇ ਇਹ ਕੱਪੜਿਆਂ ਦੀ ਤਰ੍ਹਾਂ, ਜਿਹੜੇ ਕੱਪੜੇ ਤੂੰ ਅੱਜ ਪਾਏ ਆ ਕੱਲ੍ਹ ਤੂੰ ਕੱਪੜੇ ਨਹੀਂ ਪਾਉਂਦਾ, ਤੂੰ ਕੱਪੜੇ ਬਦਲਦੇ ਆਪਣੇ। ਤੂੰ ਇੱਕੋ ਵਸਤਰ ਵਿੱਚ ਥੋੜ੍ਹਾ ਸਾਰੀ ਜ਼ਿੰਦਗੀ ਕੱਢ ਦਿੰਦਾ, ਤੂੰ ਤਾਂ ਇੱਕ ਦਿਨ ਵਿੱਚ ਕਈ ਕਈ ਕੱਪੜੇ ਬਦਲ ਦਿੰਦਾ। ਅਤੇ ਇਸੇ ਤਰ੍ਹਾਂ ਸੁੱਖ ਅਤੇ ਦੁੱਖ ਨੇ, ਜੇ ਅੱਜ ਸੁੱਖ ਦੇ ਕੱਪੜੇ ਪਾਈ ਬੈਠੇ ਇੰਨੀ ਕੁ ਤਿਆਰੀ ਰੱਖੀ, ਕੱਲ੍ਹ ਦੁੱਖ ਦੇ ਕੱਪੜੇ ਵੀ ਪਾਉਣੇ ਪੈ ਸਕਦੇ ਆ। ਜੇ ਅੱਜ ਦੁੱਖ ਦੇ ਕੱਪੜੇ ਪਏ ਹੋਏ ਆ ਤੇ ਚੇਤੇ ਰੱਖ ਇਹ ਦੁੱਖ ਦੇ ਕੱਪੜੇ ਹਮੇਸ਼ਾ ਨਹੀਂ ਰਹਿਣੇ, ਦੁੱਖ ਦੇ ਕੱਪੜੇ ਉਤਰਨਗੇ ਤੇ ਸੁੱਖ ਦੇ ਕੱਪੜੇ ਵੀ ਤੈਨੂੰ ਪੈ ਜਾਣਗੇ। ਮਹਾਰਾਜ ਦਾ ਬਚਨ ਹੈ ਸੁੱਖ ਦੁੱਖ ਦੇ ਕੱਪੜੇ ਪਹਿਰੇ ਜਾਏ ਮਨੁੱਖ। ਸਤਿਗੁਰ ਸੱਚੇ ਪਾਤਸ਼ਾਹ ਕਹਿ ਰਿਹਾ ਪਰ ਜਿੱਥੇ ਸਿਮਰਨ ਹੈ, ਕਿਉਂਕਿ ਜੇ ਪਰਮਾਤਮਾ ਪਰਮਾਨੈਂਟ ਹੈ, ਜੇ ਪਰਮਾਤਮਾ ਦਾ ਨਾਮ ਪਰਮਾਨੈਂਟ ਹੈ ਤੇ ਜਿੱਥੇ ਨਾਮ ਟਿਕ ਜਾਂਦਾ ਯਾਦ ਰੱਖਿਓ ਉੱਥੇ ਜਿਹੜਾ ਆਤਮਿਕ ਸੁੱਖ ਮਿਲਦਾ ਫਿਰ ਉਹ ਵੀ ਪਰਮਾਨੈਂਟ ਹੁੰਦਾ। ਸਰੀਰਕ ਸੁੱਖ ਪਰਮਾਨੈਂਟ ਨਹੀਂ ਹੈ, ਦੋਵਾਂ ਸੁੱਖਾਂ ਵਿੱਚ ਫਰਕ ਹੈ। ਸਰੀਰ ਦਾ ਸੁੱਖ ਪਰਮਾਨੈਂਟ ਨਹੀਂ ਮਿਲ ਸਕਦਾ, ਕਦੀ ਵੀ ਕਿਸੇ ਨੂੰ ਨਹੀਂ ਅੱਜ ਤੱਕ ਮਿਲਿਆ। ਰਾਮ ਵਰਗੇ ਹੋਏ, ਰਾਵਣ ਵਰਗੇ ਹੋਏ, ਉਹਨਾਂ ਨੂੰ ਪਰਮਾਨੈਂਟ ਸੁੱਖ ਮਿਲਿਆ ਨਹੀਂ, ਉਹ ਵੀ 14 ਸਾਲਾਂ ਦਾ ਬਨਵਾਸ ਕੱਟਦਾ। ਮਹੱਲਾਂ ਵਿੱਚ ਰਹਿਣ ਵਾਲਾ ਉਹ ਜੰਗਲਾਂ ਦੀ ਖਾਕ ਛਾਣਦਾ। ਰਾਵਣ ਜਿਹਦੇ ਚਰਨਾਂ ਵਿੱਚ ਦੇਵਤੇ ਹੱਥ ਜੋੜ ਕੇ ਖੜੇ ਰਹਿੰਦੇ ਆ, ਕੋਈ ਉਹਦਾ ਰਸੋਈਆ ਬਣਿਆ ਫੜਿਆ, ਕੋਈ ਉਹਦੇ ਕੱਪੜੇ ਧੋਣ ਵਾਲਾ ਹੈ, ਉਸ ਰਾਵਣ ਦੇ ਘਰ ਵੀ ਸਦੀ ਵੀ ਸੁੱਖ ਨਹੀਂ ਹੈ, ਉਹਨੂੰ ਵੀ ਅਖੀਰ ਤੇ ਰੋਣਾ ਪਿਆ। ਮਹਾਰਾਜ ਨੂੰ ਕਹਿੰਦੇ ਆ ਮੂਰਖ ਰਾਵਣ ਕਿਆ ਲੈ ਗਿਆ, ਜਿਹੜਾ ਆਖਦਾ ਮੇਰੇ ਕੋਲ ਸੋਨੇ ਦੀ ਲੰਕਾ ਹੈ। ਜਿਹਦੇ ਕੋਲ ਸੋਨੇ ਦੀ ਲੰਕਾ ਹੋਵੇ ਤੇ ਅਖੀਰ ਤੇ ਉਹਨੂੰ ਵੀ ਰੋਣਾ ਪੈ ਜਾਏ, ਫਿਰ ਪਰਮਾਨੈਂਟ ਤੇ ਫਿਰ ਕੁਝ ਨਹੀਂ ਨਾ। ਇਸ ਕਰਕੇ ਮਹਾਰਾਜ ਆਖਦੇ ਆ ਸਰੀਰਕ ਸੁੱਖ ਪਰਮਾਨੈਂਟ ਨਹੀਂ ਮਿਲ ਸਕਦਾ, ਹਾਂ ਆਤਮਿਕ ਸੁੱਖ ਪਰਮਾਨੈਂਟ ਮਿਲ ਸਕਦਾ। ਉਹ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਦਾ ਸਿਮਰਨ ਟਿਕਿਆ ਹੋਇਆ ਹੈ। ਹਜ਼ੂਰ ਆਖਦੇ ਆ ਜਾਕੇ ਸਿਮਰਨ, ਜਿਹਦੇ ਹਿਰਦੇ ਵਿੱਚ ਸਿਮਰਨ ਦਾ ਨਿਵਾਸ ਹੈ
ਉਹਦੇ ਹਿਰਦੇ ਅੰਦਰ ਹੀ ਆਤਮਿਕ ਸੁੱਖ ਦਾ ਨਿਵਾਸ ਹੋਏਗਾ। ਜਾ ਕੇ ਸਿਮਰਨ ਸੁੱਖ ਨਿਵਾਸ, ਤੇ ਜਦੋਂ ਆ ਸੁੱਖ ਆਤਮਿਕ ਸੁੱਖ ਆ ਗਿਆ ਸਿਮਰਨ ਦੇ ਸਦਕਾ, ਫਿਰ ਇੱਕ ਕੰਮ ਹੋਰ ਹੁੰਦਾ, ਉਹ ਹੁੰਦਾ ਭਈ ਕਲਿਆਣ ਦੁੱਖ ਹੋਵਤ ਨਾਸ। ਉਸ ਮਨੁੱਖ ਨੂੰ ਇਕੱਲਾ ਆਤਮਿਕ ਸੁੱਖ ਨਹੀਂ, ਉਹਦੇ ਜੀਵਨ ਦੀ ਕਲਿਆਣ ਵੀ ਹੁੰਦੀ ਹੈ, ਤੇ ਮਹਾਰਾਜ ਆਖਦਿਆ ਉਹਦੇ ਅੰਦਰ ਦਾ ਦੁੱਖ ਵੀ ਮਿਟ ਜਾਂਦਾ, ਅੰਦਰ ਦਾ ਦੁੱਖ ਵੀ ਮਿਟਦਾ। ਸਤਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ, ਹਜ਼ੂਰ ਆਖਦਿਆ ਜਿਸ ਹਿਰਦੇ ਦੇ ਅੰਦਰ ਸਿਮਰਨ ਟਿਕਦਾ, ਸਿਮਰਨ ਤੋਂ ਭਾਵ ਜਿਹੜਾ ਬਾਰ ਬਾਰ ਨਾਮ ਜਪਦਾ ਨਾ, ਬਾਰ ਬਾਰ ਨਾਮ ਜਪਣਾ ਹੀ ਸਿਮਰਨ ਹੈ। ਜਦੋਂ ਵਾਰ ਵਾਰ ਤੁਸੀਂ ਰੱਬ ਨੂੰ ਚੇਤੇ ਕਰਦੇ ਹੋ, ਪਰਮਾਤਮਾ ਤੁਹਾਨੂੰ ਕਦੀ ਭੁੱਲਦਾ ਨਹੀਂ, ਇਹਦਾ ਮਤਲਬ ਤੁਸੀਂ ਸਿਮਰਨ ਵਿੱਚ ਲੀਨ ਹੋ। ਜੇ ਮੈਂ ਇੱਕ ਵਾਰ ਵਾਹਿਗੁਰੂ ਬੋਲ ਲਿਆ, ਇਹ ਸਿਮਰਨ ਨਹੀਂ ਕਹਿਲਾਏਗਾ। ਸਿਮਰਨ ਕਹਿਲਾਉਂਦਾ ਜਦੋਂ ਮੈਂ ਵਾਹਿਗੁਰੂ ਵਾਹਿਗੁਰੂ ਇੱਕ ਇੱਕ ਸਵਾਸ ਤੇ ਰਿਪੀਟ ਕਰਦਾ, ਉਹ ਹੈ ਸਿਮਰਨ, ਉਹਨੂੰ ਸਿਮਰਨ ਕਿਹਾ ਜਾਂਦਾ। ਇੱਕ ਵਾਰ ਮੈਂ ਨਾਮ ਜਪ ਲਿਆ ਤੇ ਮੈਂ ਕਹਾਂ ਵੀ ਮੈਂ ਤੇ ਬਹੁਤ ਸਿਮਰਨ ਕਰ ਲਿਆ, ਸਤਿਗੁਰੂ ਜੀ ਆਖਦਿਆ ਨਹੀਂ ਇਹ ਸਿਮਰਨ ਨਹੀਂ ਹੈ। ਸਿਮਰਨ ਹੁੰਦਾ ਕਿਸੇ ਚੀਜ਼ ਨੂੰ ਬਾਰ ਬਾਰ ਰਿਪੀਟ ਕਰੀ ਜਾਣਾ, ਕਰੀ ਜਾਣਾ, ਕਰੀ ਜਾਣਾ, ਉਹ ਸਿਮਰਨ ਨਾਮ ਕਹਿਲਾਉਂਦਾ, ਜਿਹਨੂੰ ਮਹਾਰਾਜ ਕਹਿੰਦੇ ਆ ਬਾਰੰਗ ਬਾਰ ਬਾਰ ਪ੍ਰਭ ਜਪੀਐ, ਇਹ ਹੈ ਸਿਮਰਨ। ਇਹ ਕੋਈ ਤੋਤਾ ਰਟਣ ਨਹੀਂ ਹੈ। ਕਈ ਕਹਿੰਦੇ ਵੀ ਲੈ ਜੇ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਕਹੀ ਜਾਏ ਤੇ ਤੋਤਾ ਰਟਣ ਹੈ, ਨਹੀਂ। ਸਤਸੰਗਤ ਜੀ, ਇਹ ਤੋਤਾ ਰਟਣ ਨਹੀਂ ਹੈ, ਫਿਰ ਤੇ ਸਾਡੇ ਸਵਾਸ ਵੀ ਤੋਤਾ ਰਟਣ ਬਣ ਜਾਣਗੇ, ਉਹ ਵੀ ਤੇ ਵਾਰ ਵਾਰ ਆ ਰਹੇ ਆ। ਫਿਰ ਬੰਦਾ ਉਹ ਵੀ ਕਹਿ ਰਿਹਾ ਵੀ ਕੋਈ ਨਹੀਂ, ਦਿਨੇ ਆ ਰਹੇ ਰਾਤ ਨੂੰ ਸਵਾਸ ਨਾ ਆਉਣ। ਜੇ ਸਵਾਸ ਇੱਕ ਪਲੜੀ ਵੀ ਬੰਦ ਹੋ ਗਏ ਜੀ, ਬੰਦੇ ਦੀ ਮੌਤ ਹੈ। ਉਸੇ ਤਰ੍ਹਾਂ ਜਿਹੜੇ ਆਤਮਿਕ ਜ਼ਿੰਦਗੀ ਜਿਉਂਦੇ ਆ ਨਾ, ਉਹ ਸਿਮਰਨ ਨੂੰ ਨਾਮ ਨੂੰ ਰਿਪੀਟ ਰੱਖਦੇ ਆ ਕਿ ਇੱਕ ਸਵਾਸ ਤੇ। ਉਹ ਆਖਦੇ ਜੇ ਨਾਮ ਭੁੱਲਦਾ ਤੇ ਇੰਝ ਲੱਗਦਾ ਜਿਵੇਂ ਆਤਮਿਕ ਮੌਤ ਜੀ ਸਾਡੀ ਹੋਣੀ ਸ਼ੁਰੂ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਇਸ ਕਰਕੇ ਜਿੱਥੇ ਸਿਮਰਨ ਆ ਜਾਂਦਾ ਉੱਥੇ ਸੁੱਖ ਆਪਣੇ ਆਪ ਆ ਜਾਂਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਵਿੱਚ ਵੀ ਐਸੇ ਅਨੇਕਾਂ ਬਚਨ ਵਾਰ ਵਾਰ ਕਹੇ ਕਿ ਜੇ ਤੂੰ ਸੁੱਖ ਚਾਹੁੰਦਾ, ਆਨੰਦ ਚਾਹੁੰਦਾ, ਕਲਿਆਣ ਚਾਹੁੰਦਾ, ਭਲਾ ਚਾਹੁੰਦਾ, ਫਿਰ ਤੈਨੂੰ ਨਾਮ ਜਪਣਾ ਪੈਣਾ। ਨਾਮ ਤੋਂ ਬਗੈਰ ਸੁੱਖ ਨਹੀਂ ਮਿਲ ਸਕਦਾ। ਹਜ਼ੂਰ ਆਖਦਿਆ ਭਈ ਕਲਿਆਣ ਦੁੱਖ ਹੋਵਤ ਨਾਸ, ਫਿਰ ਆਖਿਆ ਆਨੰਦ ਕਰੋ ਪ੍ਰਭ ਕੇ ਗੁਣ ਗਾਓ, ਸਤਿਗੁਰ ਆਪਣਾ ਸਦ ਸਦਾ ਮਨਾਵੋ, ਕਮਾਵੋ ਤੇ ਮਨਾਵੋ, ਦੋ ਸ਼ਬਦ ਵਰਤੇ ਗਏ ਆ ਮਹਾਰਾਜ ਜੀ ਨੇ। ਕਮਾਉਣਾ ਤੇ ਮਨਾਉਣਾ ਜ਼ਿਆਦਾ ਡਿਫਰੈਂਸ ਨਹੀਂ ਹੈ ਦੋਵਾਂ ਸ਼ਬਦਾਂ ਵਿੱਚ। ਸ਼ਬਦ ਦੀ ਕਮਾਈ ਕਰਨੀ, ਸ਼ਬਦ ਨੂੰ ਕਮਾ ਲੈਣਾ। ਸਾਧ ਸੰਗਤ ਇਹ ਇਵੇਂ ਹੁੰਦਾ ਜੇ ਜਿਵੇਂ ਮਨੁੱਖ ਆਖਦੇ ਵੀ ਇੰਨੀ ਕੁ ਮੈਂ ਕਮਾਈ ਕਰਦਾ ਦਿਨ ਵਿੱਚ,
ਇੰਨੀ ਮਹੀਨੇ ਦੀ ਮੇਰੀ ਕਮਾਈ ਹੈ, ਇੰਨੀ ਮੇਰੀ ਸਾਲ ਦੀ ਕਮਾਈ ਹੈ। ਮਹਾਰਾਜ ਆਖਦਿਆ, ਜਦੋਂ ਤੂੰ ਦਿਨ ਦੀ ਕਮਾਈ ਦੀ ਗੱਲ ਕਰਦਾ, ਤੂੰ ਸਾਰਾ ਦਿਨ ਫਿਰ ਉਸ ਕਮਾਈ 'ਤੇ ਲਾਉਣਾ, ਉਸ ਕਮਾਈ 'ਤੇ ਲਾਉਣਾ। ਤੂੰ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕਰਨੀ ਆ, ਉਹ ਫਿਰ ਸ਼ਬਦ 'ਤੇ ਦਿਨ ਲਾਉਂਦੇ ਆ, ਉਹ ਸ਼ਬਦ ਨੂੰ ਸਮਾਂ ਦਿੰਦੇ ਆ। ਜੇ ਮੈਂ ਸੋਚਾਂ ਵੀ ਗੱਲਾਂ ਕਰਕੇ ਸ਼ਬਦ ਕਮਾਇਆ ਜਾਏ, ਥੋੜ੍ਹਾ ਕਮਾਇਆ ਜਾਣਾ। ਗੱਲੀ ਬਾਤੀ ਸ਼ਬਦ ਨਹੀਂ ਕਮਾਇਆ ਜਾਂਦਾ, ਗੱਲੀ ਬਾਤੀ ਰੱਬ ਨੂੰ ਮਨਾਇਆ ਨਹੀਂ ਜਾਂਦਾ। ਮਹਾਰਾਜ ਨੇ ਤੇ ਬੜੇ ਪਿਆਰ ਨਾਲ ਆਖਿਆ ਸੀ ਕਿ ਗੱਲੀ ਯੋਗ ਨਾ ਹੋਈ। ਤੁਸੀਂ ਜਿਸ ਯੋਗ ਦੀ ਗੱਲ ਕਰਦੇ ਹੋ, ਗੱਲਾਂ ਨਾਲ ਨਾ ਯੋਗ ਹੋ ਸਕਦਾ, ਨਾ ਰੱਬ ਨੂੰ ਅਰਾਧਿਆ ਜਾ ਸਕਦਾ ਹੈ। ਰੱਬ ਨੂੰ ਅਰਾਧਨਾ ਗੱਲਾਂ ਕਰਨ ਦਾ ਵਿਸ਼ਾ ਨਹੀਂ ਹੈ, ਰੱਬ ਨੂੰ ਅਰਾਧਨਾ ਤੇ ਉਹਦੀ ਕਮਾਈ ਕਰਨ ਦਾ ਵਿਸ਼ਾ ਹੈ, ਉਹਨੂੰ ਕਮਾਉਣ ਦਾ ਵਿਸ਼ਾ ਹੈ। ਇੱਥੇ ਗੱਲਾਂ ਕਰਨ ਵਾਲੇ ਤੇ ਮਹਾਰਾਜ ਆਖਦਿਆ ਲੱਖਾਂ ਤੁਰੇ ਫਿਰਦੇ ਆ, ਪਰ ਜਿਹੜੇ ਕਮਾਉਂਦੇ ਆ, ਜਿਨ੍ਹਾਂ ਨੇ ਉਹ ਹਕੀਕਤ ਵਿੱਚ ਆਪਣਾ ਇੱਕ ਇੱਕ ਪਲ ਨਾਮ ਨੂੰ ਕਮਾਉਣ ਵਿੱਚ ਲਾਇਆ, ਇੱਕ ਇੱਕ ਸਵਾਸ ਸ਼ਬਦ ਦੀ ਕਮਾਈ ਵਿੱਚ ਲਾ ਦਿੱਤਾ, ਮਹਾਰਾਜ ਆਖਦੇ ਆ ਵੀ ਅਸਲੀ ਕਮਾਈ ਤੇ ਉਹ ਕਰਕੇ ਜਾਂਦੇ ਆ, ਅਸਲੀ ਕਮਾਈ ਤੇ। ਸਤਿਗੁਰ ਕਾ ਸੱਚ ਸ਼ਬਦ ਕਮਾਵੋ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਭਾਈ ਚੇਤੇ ਰੱਖੋ, ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦੇ ਆ, ਅਣਦ ਕਰੋ ਪ੍ਰਭ ਕੇ ਗੁਣ ਗਾਵੋ, ਸਤਿਗੁਰ ਆਪਣਾ ਸਦ ਸਦਾ ਮਨਾਵੋ। ਜਿਨ੍ਹਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ, ਸਮਝ ਲਓ ਉਹਨਾਂ ਨੇ ਹੀ ਸਦਾ ਆਪਣੇ ਰੱਬ ਨੂੰ ਮਨਾਇਆ ਹੈ। ਗੁਣਾਂ ਨੂੰ ਗਾਉਣਾ ਹੀ ਮਨਾਉਣਾ ਹੈ, ਪਰ ਇਹੀ ਸ਼ਬਦ ਨੂੰ ਕਮਾਉਣਾ ਹੈ। ਅਤੇ ਜਿਹੜੇ ਸ਼ਬਦ ਨੂੰ ਕਮਾਉਂਦੇ ਆ, ਮਹਾਰਾਜ ਆਖਦੇ ਆ ਥਿਰ ਕਰ ਬੈਠੇ ਪ੍ਰਭ ਆਪਣਾ ਪਾਵ ਹੋ, ਉਹਨਾਂ ਨੂੰ ਕਿਤੇ ਭਟਕਣਾ ਨਹੀਂ ਪੈਂਦਾ ਉਸ ਰੱਬ ਦੀ ਪ੍ਰਾਪਤੀ ਲਈ, ਉਹ ਆਪਣੇ ਥਿਰ ਘਰ ਵਿੱਚ ਟਿਕਦੇ ਆ। ਹੁਣ ਥਿਰ ਘਰ ਦਾ ਅਰਥ ਹੈ ਕਿ ਜਿਸ ਮਨੁੱਖ ਦਾ ਮਨ ਅਡੋਲ ਹੋ ਜਾਂਦਾ, ਉਹਦਾ ਮਨ ਭਟਕਦਾ ਨਹੀਂ ਹੈ। ਅਸੀਂ ਇੱਕ ਸ਼ਬਦ ਵੀ ਪੜ੍ਹਦੇ ਹਾਂ, ਥਿਰ ਕਰ ਬੈਸਹੋ ਹਰ ਜਨ ਪਿਆਰੇ, ਕਿ ਹੇ ਹਰੀ ਦੇ ਜਨ ਤੁਸੀਂ ਆਪਣੇ ਥਿਰ ਘਰ ਵਿੱਚ ਬੈਠੋ। ਥਿਰ ਘਰ ਤੋਂ ਪਾਵੇ ਤੁਸੀਂ ਆਪਣੇ ਮਨ ਨੂੰ ਅਡੋਲ ਕਰਕੇ ਰਹੋ, ਤੁਹਾਡਾ ਮਨ ਥਿੜਕੇ ਨਾ, ਤੁਹਾਡਾ ਮਨ ਡੋਲੇ ਨਾ। ਤੇ ਜਿਹੜੇ ਹਰੀ ਦੇ ਜਨ ਨੇ, ਉਹਨਾਂ ਦੇ ਮਨ ਡੋਲਦੇ ਨਹੀਂ ਆ, ਥਿੜਕਦੇ ਨਹੀਂ ਉਹਨਾਂ ਦੇ ਮਨ। ਤੇ ਤਾਂ ਹੀ ਮਹਾਰਾਜ ਕਹਿ ਦਿੰਦੇ ਆ ਸਤਿਗੁਰ ਤੁਮਰੇ ਕਾ ਸਵਾਰੇ, ਕਾਜ ਵੀ ਤੇ ਫਿਰ ਉਹਨਾਂ ਦੇ ਸਬਰ ਦਿਆ ਨਾ, ਜਿਨ੍ਹਾਂ ਦੇ ਮਨ ਅਡੋਲ ਨੇ, ਜੋ ਥਿਰ ਘਰ ਦੇ ਮਾਲਕ ਬਣ ਕੇ ਬਹਿ ਜਾਂਦੇ। ਪਰ ਸਾਡਾ ਮਨ ਪਲ ਪਲ ਡੋਲਦਾ, ਬਾਣੀ ਪੜ੍ਹਦਿਆਂ ਵੀ ਉਡਾਰੀਆਂ ਮਾਰਦਾ, ਗੁਰਦੁਆਰੇ ਬੈਠਿਆਂ ਵੀ ਉਡਾਰੀਆਂ ਮਾਰਦਾ, ਸਿਮਰਨ ਕਰਦਿਆਂ ਵੀ ਉਡਾਰੀਆਂ ਮਾਰਦਾ। ਮੁੱਖ ਤੋਂ ਬੰਦਾ ਬਾਣੀ ਪਿਆ ਪੜ੍ਹਦਾ ਹੁੰਦਾ, ਪਰ ਮਨ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਿਆ ਹੁੰਦਾ। ਇਹ ਹੁੰਦਾ ਸਾਡੇ ਨਾਲ। ਹਜ਼ੂਰ ਆਖਦਿਆ ਜੇ ਤੂੰ ਥਿਰ ਘਰ ਦਾ ਵਾਸੀ ਨਹੀਂ ਬਣਿਆ, ਜੇ ਥਿਰ ਘਰ ਦਾ ਵਾਸੀ ਬਣ ਜਾਏਗਾ, ਨਾਮ ਵੀ ਤੇਰੇ ਹਿਰਦੇ 'ਚ ਤਾਂ ਹੀ ਵਸਣਾ ਹੈ। ਪਾਤਸ਼ਾਹ ਜੀ ਕਹਿ ਰਹੇ ਆ ਥਿਰ ਘਰ ਬੈਠੇ
ਪ੍ਰਭ ਆਪਣਾ ਪਾਵਹੋ। ਫਿਰ ਅਗਲਾ ਭਜਨ ਬੜਾ ਪਿਆਰਾ ਕਿਹਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹਜ਼ੂਰ ਆਖਦੇ ਆ, ਜੇ ਤੂੰ ਚਾਹੁੰਦਾ ਤੈਨੂੰ ਕਦੀ ਦੁੱਖ ਨਾ ਆਏ। ਹੇ ਮਿੱਤਰ, ਜੇ ਤੂੰ ਚਾਹੁੰਦਾ ਤੈਨੂੰ ਕਦੀ ਦੁੱਖ, ਕੋਈ ਤਕਲੀਫ, ਕੋਈ ਕਸ਼ਟ ਨਾ ਸਹਾਰਨਾ ਪਏ, ਫਿਰ ਇੱਕ ਕੰਮ ਕਰ ਦੇ, ਇਹ ਕੰਮ ਆਪਣੇ ਪੱਲੇ ਬੰਨ ਲੈ ਕਿ ਕਦੀ ਵੀ ਪਰ ਕਾ ਬੁਰਾ ਨਾ ਰੱਖੋ ਚਿਤ, ਕਦੀ ਕਿਸੇ ਦੂਜੇ ਦਾ ਬੁਰਾ ਨਹੀਂ ਕਰਨਾ, ਬਸ ਕਿਸੇ ਦੂਜੇ ਦਾ ਬੁਰਾ ਨਹੀਂ ਸੋਚਣਾ, ਦੂਸਰੇ ਲਈ ਬੁਰਾ ਚਿੱਤ ਬਣਾ ਵੀ ਨਹੀਂ, ਤੂੰ ਦੂਜੇ ਦਾ ਭਲਾ ਸੋਚਣਾ ਸ਼ੁਰੂ ਕਰ ਦੇ, ਤੇਰਾ ਭਲਾ ਆਪਣੇ ਆਪ ਹੋਣਾ ਸ਼ੁਰੂ ਹੋ ਜਾਏਗਾ। ਹੁਣ ਬੰਦਾ ਆਪਣਾ ਸੁੱਖ ਮੰਗਦਾ ਤੇ ਦੂਜਿਆਂ ਦਾ ਬੁਰਾ ਮੰਗਦਾ, ਇਹ ਕਦੀ ਨਹੀਂ ਹੋ ਸਕਦਾ, ਕਿਉਂਕਿ ਰੱਬ ਤੇ ਦੇਖਦਾ ਨਾ, ਰੱਬ ਨੇ ਤੇ ਪੂਰਾ ਪੈਮਾਨਾ ਲਾਇਆ ਨਾ ਉਹਨੇ ਤੇ, ਉਹ ਰੱਬ ਸੋਚਦਾ ਵੀ ਕਮਾਲ ਹੈ, ਆਪਣੇ ਲਈ ਸੁੱਖ ਮੰਗੀ ਜਾਂਦੇ, ਦੂਜਿਆਂ ਲਈ ਦੁੱਖ ਮੰਗੀ ਜਾਂਦੇ। ਪਰ ਸਤਿਗੁਰ ਨੇ ਤੇ ਸਿੱਖ ਨੂੰ ਆਖਿਆ, ਵੇਖੋ ਤੁਸੀਂ ਆਪਣੇ ਲਈ ਜੋ ਕੁਝ ਮਰਜ਼ੀ ਮੰਗੋ, ਅਸੀਂ ਆਪਣੇ ਲਈ ਬਹੁਤ ਕੁਝ ਗੁਰੂ ਸਾਹਿਬ ਕੋਲੋਂ ਮੰਗਦੇ ਹਾਂ, ਅਸੀਂ ਗ੍ਰੰਥੀ ਸਿੰਘ ਕੋਲੋਂ ਆਪਣੇ ਲਈ ਅਰਦਾਸ ਕਰਵਾਉਂਦੇ ਹਾਂ, ਅਸੀਂ ਉਸ ਅਰਦਾਸ ਵਿੱਚ ਬੜਾ ਕੁਝ ਭਾਈ ਸਾਹਿਬ ਨੂੰ ਕਹਿ ਦਿੰਦੇ, ਤੁਸੀਂ ਆਹ ਵੀ ਸਾਡੀ ਅਰਦਾਸ ਕਰ ਦਿਓ, ਆਹ ਵੀ ਕਰ ਦਿਓ, ਆਹ ਵੀ ਮਹਾਰਾਜ ਅੱਗੇ ਕਹਿ ਦਿਓ ਨਾ, ਅਸੀਂ ਕਿੰਨਾ ਕੁਝ ਕਹਿੰਦੇ ਹਾਂ। ਪਰ ਮੇਰੇ ਮਾਲਕ ਨੇ ਕਹਿ ਦਿੱਤਾ, ਠੀਕ ਹੈ, ਆਪਣੇ ਲਈ ਜੋ ਕੁਝ ਮੰਗਣਾ, ਜੋ ਕੁਝ ਅਰਦਾਸਾਂ ਕਰਵਾਉਣੀਆਂ ਕਰਵਾਈ ਚੱਲ, ਪਰ ਤੇਰੀ ਅਰਦਾਸ ਉਦੋਂ ਪੂਰੀ ਹੋਣੀ ਹੈ ਜਦੋਂ ਤੂੰ ਸਰਬੱਤ ਦਾ ਭਲਾ ਮੰਗੇਗਾ, ਉਹਦੇ ਤੋਂ ਬਗੈਰ ਤੇਰੀ ਅਰਦਾਸ ਮੁਕੰਮਲ ਨਹੀਂ ਹੋਣੀ। ਅਸੀਂ ਅਰਦਾਸ ਹੀ ਸਾਰਾ ਕੁਝ ਕਹਿ ਦਿੰਦੇ ਹਾਂ, ਪਰ ਅਖੀਰ ਤੇ ਸਾਨੂੰ ਨਾ ਚਾਹੁੰਦਿਆਂ ਹੋਇਆਂ ਵੀ ਕਹਿਣਾ ਪੈਂਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿਣਾ ਪੈਂਦਾ ਹੈ ਨਾ। ਇਹ ਸ਼ਬਦ ਕਦੀ ਬੋਲੇ ਬਿਨਾਂ ਅਰਦਾਸ ਮੁਕੰਮਲ ਹੋਈ ਹੈ? ਨਹੀਂ ਹੋ ਸਕਦੀ, ਕਿਸੇ ਦੀ ਨਹੀਂ ਹੋ ਸਕਦੀ। ਹੁਣ ਮਹਾਰਾਜ ਨੇ ਅਰਦਾਸ ਵਿੱਚ, ਮੰਨ ਲਓ ਜੇ ਪੰਥ ਨੇ ਪੰਗਤੀਆਂ ਟਿਕਾਈਆਂ ਨੇ, ਕਿਸੇ ਸੋਚ ਤੇ ਟਿਕਾਈਆਂ ਨੇ ਨਾ ਉਹਨਾਂ ਨੇ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਬੁਰਿਆਂ ਦਾ ਵੀ ਭਲਾ ਕਰਦੇ। ਇੱਥੇ ਤੇ ਬਾਬਾ ਫਰੀਦ ਸਾਹਿਬ ਜੀ ਵਰਗੇ ਕਹਿ ਦਿੰਦੇ ਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਤੇ ਇੱਥੇ ਮੇਰਾ ਮਹਾਰਾਜ ਕਹਿੰਦਾ, ਪਰ ਕਾ ਬੁਰਾ ਨਾ ਰੱਖੋ ਮੀ ਚੀਤ, ਤੂੰ ਆਪਣੇ ਚਿੱਤ ਵਿੱਚ ਕਿਸੇ ਦਾ ਵੀ ਬੁਰਾ ਨਹੀਂ ਸੋਚਣਾ। ਬਸ ਜੇ ਤੂੰ ਆਹ ਗੱਲ ਪੱਲੇ ਬੰਨ ਲਈ ਨਾ, ਤੇ ਨਾਲ ਮਹਾਰਾਜ ਕਹਿ, ਤੁਮ ਕੋ ਦੁੱਖ ਨਹੀਂ ਭਾਈ ਵੀ, ਤੈਨੂੰ ਦੁੱਖ ਨਹੀਂ ਆਏਗਾ। ਫਿਰ ਗੱਲ ਪਰ ਬੰਦੇ ਦੇ ਅੰਦਰੋਂ ਚੀਜ਼ ਨਹੀਂ ਨਿਕਲਦੀ, ਬੜਾ ਔਖਾ ਇਹਨੂੰ ਕੱਢਣਾ। ਗੁਆਂਢੀ ਗੁਆਂਢੀ ਦਾ ਬੁਰਾ ਚਿੱਤ ਵੀ ਜਾਂਦਾ, ਭਰਾ ਭਰਾ ਦਾ ਚਿੱਤ ਵੀ ਜਾਂਦਾ, ਮਿੱਤਰ ਮਿੱਤਰ ਦਾ, ਦੂਜੇ ਰਿਸ਼ਤੇਦਾਰਾਂ ਦਾ, ਇਹ ਸਿਸਟਮ ਬਹੁਤ ਜ਼ਿਆਦਾ ਵੱਧ ਗਿਆ ਅਤੇ ਸਾਧ ਸੰਗਤ। ਪਰ ਸਤਿਗੁਰ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਅਸਲ ਮਨੁੱਖ ਵਿੱਚ ਹੈ ਉਹੀ ਜਿਹੜਾ ਸਭ ਦਾ ਭਲਾ ਸੋਚਦਾ। ਅਤੇ ਸਾਧ ਸੰਗਤ, ਅਸੀਂ ਕਈ ਵਾਰ ਕਹਿ ਦਿੰਦੇ ਅਸੀਂ ਤਾਂ ਕਿਸੇ ਦਾ ਬੁਰਾ ਨਹੀਂ ਕਰਦੇ। ਵੇਖੋ, ਇੱਕ ਹੁੰਦਾ ਕਿਸੇ ਦਾ ਬੁਰਾ ਕਰਨਾ, ਇੱਕ ਹੁੰਦਾ ਆਪਣੇ ਮਨ ਵਿੱਚ ਕਿਸੇ ਦਾ ਬੁਰਾ ਸੋਚਣਾ। ਫਰਕ ਇਹਨਾਂ 'ਚ ਕੋਈ ਨਹੀਂ ਹੈ।
ਇਹ ਨਹੀਂ ਵੀ ਮੈਂ ਹੱਥਾਂ ਨਾਲ ਕਿਸੇ ਦਾ ਬੁਰਾ ਨਹੀਂ ਕਰਦਾ, ਪਰ ਮੈਂ ਮਨ ਵਿੱਚ ਕਿਸੇ ਨਾ ਕਿਸੇ ਦਾ ਤਾਂ ਬੁਰਾ ਸੋਚਦਾ ਵੀ ਇਹਦਾ ਤਾਂ ਕੰਮ ਆ ਹੀ ਨਾ ਬਣੇ ਨਾ। ਬੜਾ ਕੁਛ ਚੱਲਦਾ ਮਨ ਵਿੱਚ ਬੰਦੇ ਦੇ, ਆ ਖਿਆਲਾਂ ਨੂੰ ਹੀ ਤਾਂ ਮਾਰਨਾ। ਆ ਜੋ ਅੰਦਰ ਸਾਡੇ ਚੀਜ਼ ਉੱਠਦੀ ਹੈ ਨਾ ਜੀ ਦੂਜਿਆਂ ਦੇ ਪ੍ਰਤੀ, ਇਸੇ ਨੂੰ ਖਤਮ ਕਰਨਾ। ਮਹਾਰਾਜ ਆਖਦਿਆ ਬਸ ਇਹ ਚੇਤਾ ਰੱਖੀ, ਪਰ ਕਾ ਬੁਰਾ ਨਾ ਰੱਖੋ ਚੀਤ। ਗੁਰੂ ਨਾਨਕ ਜੀ ਨੂੰ ਜਿਨ੍ਹਾਂ ਨੇ ਪੱਥਰ ਮਾਰੇ, ਗੁਰੂ ਨਾਨਕ ਜੀ ਨੂੰ ਜਿਨ੍ਹਾਂ ਨੇ ਭੂਤਨਾ ਕਿਹਾ, ਬੇਤਾਲਾ ਕਿਹਾ, ਕੁਰਾਈਆ ਕਿਹਾ, ਕਾਫਿਰ ਕਿਹਾ, ਮੇਰਾ ਬਾਬਾ ਤੇ ਉਹਨਾਂ ਦਾ ਵੀ ਭਲਾ ਮੰਗਦਾ। ਹਜ਼ੂਰ ਨੇ ਤੁਸੀਂ ਕਿਤੇ ਪੜ੍ਹਿਆ ਸੁਣਿਆ ਵੀ ਮਹਾਰਾਜ ਨੇ ਉਹਨਾਂ ਨੇ ਇੱਕ ਪੱਥਰ ਮਾਰਿਆ ਤੇ ਬਾਬੇ ਨੇ ਪੱਥਰ ਚੁੱਕ ਕੇ ਉਹਨਾਂ ਦੇ ਮਾਰਿਆ, ਉਹਨਾਂ ਨੇ ਬੁਰਾ ਕਿਹਾ ਤੇ ਮਹਾਰਾਜ ਨੇ ਉਹਨਾਂ ਨੂੰ ਬੁਰਾ ਕਿਹਾ? ਨਹੀਂ, ਮਹਾਰਾਜ ਆਖਦੇ ਇਹ ਆਪਣਾ ਕੰਮ ਕਰੀ ਜਾਂਦੇ ਆ, ਮੈਂ ਆਪਣਾ ਕੰਮ ਕਰਦਾ। ਜੇ ਇਹਨਾਂ ਵਰਗਾ ਕੰਮ ਮੈਂ ਵੀ ਸ਼ੁਰੂ ਕਰਦਾ ਫਿਰ ਮੇਰੇ ਵਿੱਚ ਤੇ ਇਹਨਾਂ ਵਿੱਚ ਫਰਕ ਕੀ ਰਹਿ ਗਿਆ? ਕੋਈ ਫਰਕ ਨਹੀਂ ਰਹਿ ਗਿਆ ਇਹਨਾਂ ਵਿੱਚ ਮੇਰੇ ਵਿੱਚ। ਇਸ ਕਰਕੇ ਮਹਾਰਾਜ ਆਖਦੇ ਆ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਹਰ ਹਰ ਤੰਤ ਮੰਤ ਗੁਰਦੀਨਾ। ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਤੰਤਰ, ਇੱਕ ਹੁੰਦਾ ਮੰਤਰ। ਤੰਤਰ ਵਿੱਦਿਆ ਭਾਰਤ ਵਿੱਚ ਬੜੀ ਪ੍ਰਸਿੱਧ ਰਹੀ ਹੈ। ਮੰਤਰ, ਹਰ ਧਰਮ ਦੇ ਆਪਣੇ ਮੰਤਰ ਹੁੰਦੇ ਆ। ਪੱਛਮ ਬੰਗਾਲ ਵਿੱਚ ਜਦੋਂ ਗੁਰੂ ਨਾਨਕ ਜੀ ਉੱਥੇ ਜਾਂਦੇ ਆ, ਮਹਾਰਾਜ ਨੂੰ ਨੂਰ ਜਹਾਂ ਜਾਦੂਗਰਨੀ ਮਿਲਦੀ ਹੈ। ਉਹਦੇ ਕੋਲ ਤੰਤਰ ਵਿੱਦਿਆ ਹੈ, ਉਹ ਤੰਤਰ ਵਿੱਦਿਆ ਦੀ ਮਾਹਰ ਹੈ, ਜਾਣੂ ਹੈ। ਉਹ ਭਾਈ ਮਰਦਾਨੀ ਨੂੰ ਭੇਡੂ ਬਣਾ ਦਿੰਦੀ ਹੈ ਨਾ ਆਪਣੀ ਤੰਤਰ ਵਿੱਦਿਆ ਨਾਲ। ਜਦੋਂ ਮਹਾਰਾਜ ਉੱਥੇ ਜਾਂਦੇ ਆ, ਉਹ ਗੁਰੂ ਨਾਨਕ ਤੇ ਵੀ ਆਪਣੀ ਵਿੱਦਿਆ ਵਰਤਦੀ ਹੈ। ਉਹਨੇ ਗੁਰੂ ਨਾਨਕ ਜਿੰਨੀਆਂ ਉਹਦੀਆਂ ਜਾਦੂਗਰਨੀਆਂ ਸਾਥੀਆਂ ਸਾਰੇ ਆਪਣੀ ਵਿੱਦਿਆ ਵਰਤੀ। ਬੜੇ ਤੰਤਰ, ਬੜੇ ਮੰਤਰ ਪੜੇ ਮਹਾਰਾਜ ਤੇ, ਪਰ ਕੋਈ ਅਸਰ ਨਹੀਂ ਹੋਇਆ। ਪਰ ਪੁੱਛਦੇ ਆ ਵੀ ਤੁਹਾਡੇ ਕੋਲ ਕਿਹੜਾ ਮੰਤਰ ਹੈ, ਤੁਹਾਡੇ ਕੋਲ ਕਿਹੜਾ ਤੰਤਰ ਹੈ ਜਿਹਦੇ ਅੱਗੇ ਸਾਡੇ ਤੰਤਰ ਮੰਤਰ ਫੇਲ ਹੋ ਗਏ? ਮਹਾਰਾਜ ਆਖਦਿਆ ਮੇਰੇ ਕੋਲ ਸਤਨਾਮ ਵਾਹਿਗੁਰੂ ਦਾ ਮੰਤਰ ਹੈ। ਇਸ ਮੰਤਰ ਅੱਗੇ ਦੁਨੀਆਂ ਦਾ ਕੋਈ ਤੰਤਰ ਮੰਤਰ ਨਹੀਂ ਚੱਲ ਸਕਦਾ, ਇਹਦੇ ਅੱਗੇ ਸਭ ਫੇਲ ਆ। ਮਹਾਰਾਜ ਉਹਦੀ ਗੱਲ ਕਰਦੇ ਆ, ਭਾਈ ਗੁਰੂ ਨੇ ਤੈਨੂੰ ਹਰੀ ਦੇ ਨਾਮ ਦਾ ਤੰਤਰ ਤੇ ਮੰਤਰ ਦਿੱਤਾ, ਇਹਦੇ ਤੋਂ ਵੱਡਾ ਕੁਝ ਨਹੀਂ ਹੈ। ਹਰ ਹਰ ਤੰਤ ਮੰਤ ਗੁਰਦੀਨਾ, ਇਹੋ ਸੁਖ ਨਾਨਕ ਅਨ ਦਿਨ ਚੀਨਾ। ਇਸੇ ਨਾਮ ਦੇ ਜਪਣ ਵਿੱਚ, ਇਸੇ ਨਾਮ ਦੀ ਕਮਾਈ ਵਿੱਚ ਹੀ ਪਰਮ ਸੁੱਖ ਹੈ, ਤੇ ਇਸ ਸੁੱਖ ਨੂੰ ਦਿਨ ਰਾਤ ਚਿਤਵਦਾ ਰਹਿਣਾ ਚਾਹੀਦਾ। ਇਸ ਸੁੱਖ ਨੂੰ ਪ੍ਰਾਪਤ ਕਰਨ ਦੀ ਮਨ ਵਿੱਚ ਤਲਬ ਲੱਗੀ ਰਹਿਣੀ ਚਾਹੀਦੀ ਹੈ। ਨਾਮ ਜਪ ਕੇ, ਸਿਮਰਨ ਕਰਕੇ ਇਹ ਆਤਮਿਕ ਸੁੱਖ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਜੀ। ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਭਲਾ ਕਰਨ। ਆਪ ਸਭ ਪਿਆਰ ਨਾਲ ਰੋਜ਼ ਜੁੜਦੇ ਹੋ ਜੀ, ਸਤਸੰਗਤ ਰੂਪ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ। ਪਾਤਸ਼ਾਹ ਜੀ ਕਿਰਪਾ ਕਰਨ, ਸਾਡੀਆਂ ਹਾਜ਼ਰੀਆਂ ਰੋਜ਼ ਸਤਿਗੁਰੂ ਜੀ ਦੀ ਕਿਰਪਾ ਨਾਲ ਲੱਗਦੀਆਂ ਨੇ, ਅਤੇ ਇਸੇ ਤਰ੍ਹਾਂ ਹੀ ਸਾਡੀਆਂ ਹਾਜ਼ਰੀਆਂ
ਸਤਿਗੁਰੂ ਜੀ ਦੇ ਦਰ 'ਤੇ ਲੱਗਦੀਆਂ ਰਹਿਣ। ਸਾਡਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲੱਗੇ ਆਓ। ਥੋੜ੍ਹਾ ਜਿਹਾ ਸਮਾਂ ਆਪਾਂ ਨਾਮ ਜਪਣਾ, ਸਭ ਕਿਰਪਾ ਕਰਿਓ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।